ਕੌਮੀ ਰਾਜਧਾਨੀ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਚੱਲ ਰਿਹਾ 42ਵਾਂ ਕੁਮਾਂਤਰੀ ਵਪਾਰ ਮੇਲਾ ਹੁਣ ਆਮ ਨਾਗਰਿਕਾਂ ਲਈ ਵੀ ਖੋਲ੍ਹ ਦਿੱਤਾ ਗਿਆ ਏ 14 ਨਵੰਬਰ ਤੋਂ ਸ਼ੁਰੂ ਹੋਏ ਇਸ ਵਪਾਰ ਮੇਲੇ ਨੂੰ ਅੱਜ ਸਵੇਰੇ 10 ਵਜੇ ਤੋਂ ਆਮ ਲੋਕਾਂ ਲਈ ਖੋਲ੍ਹਿਆ ਗਿਆ ਏ ਜਿਹੜੇ 27 ਨਵੰਬਰ ਤੱਕ ਇਸ ਮੇਲੇ ਦੇ ਆਨੰਦ ਲੈ ਸਕਣਗੇ ਇਸ ਵਾਰ ਦੇ ਵਪਾਰ ਮੇਲੇ ਦਾ ਥੀਮ ਵਸੁਦੇਵ ਕਟੂਮਬਕਮ ਤੇ ਆਧਾਰਿਤ ਏ ਜਿਸ ਵਿੱਚ 13 ਦੇਸ਼ਾਂ ਦੇ ਨੁਮਾਇੰਦੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰ ਰਹੇ ਨੇ ਮੇਲੇ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਲੈਫਟੇਨੈਂਟ ਗਵਰਨਰ ਮਨੋਜ ਸਿਨਾਨੀ ਭਾਰਤ ਵਪਾਰ ਪ੍ਰਮੋਸ਼ਨ ਸੰਗਠਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਗਠਨ ਨੇ ਪ੍ਰਦਰਸ਼ਨੀਆਂ ਲਗਾ ਕੇ ਖਰੀਦਾਰਾਂ ਅਤੇ ਸਮਾਨ ਵੇਚਣ ਵਾਲਿਆਂ ਦੋਹਾਂ ਨੂੰ ਫਾਇਦਾ ਪਹੁੰਚਾਉਣ ਦੇ ਮੰਤਵ ਨਾਲ ਕਈ ਉਪਰਾਲੇ ਕੀਤੇ ਨੇ ਇਸ ਦੌਰਾਨ ਉਪਰਾਜਪਾਲ ਨੇ ਸਾਰੇ ਵਪਾਰੀਆਂ ਤੇ ਸੰਭਾਵੀ ਪੂੰਜੀਕਾਰਾਂ ਨੂੰ ਜੰਮੂ ਕਸ਼ਮੀਰ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਹੈਂਡਲੂਮ ਹੈਂਡੀਕਰਾਫਟ ਅਤੇ ਖੇਤੀਬਾੜੀ ਖੇਤਰ ਨੂੰ ਕਮਾਂਤਰੀ ਮੰਡੀ ਤੱਕ ਪਹੁੰਚਯੋਗ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ